ਇਸ ਨੂੰ ਪਤਾ ਧਾਰਮਿਕ ਗਿਆਨੀ ਕੀ ਕਹਿੰਦੇ ਨੇ, ਧਾਰਮਿਕ ਰਿਸ਼ੀ ਹੋਣੇ, ਉਹ ਜਿਹੜੇ ਅਸਾਧ ਰੋਗ ਨੇ ਜਿਹਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ, ਮਿਟਿਆ ਨਹੀਂ, ਉਸੇ ਨਹੀਂ ਦੂਜਾ ਰੂਪ ਧਾਰਨ। ਅਸਾਧ ਰੋਗ ਨਹੀਂ ਮਿਟਦਾ, ਅਸਾਧ ਰੋਗ ਉਪਜਿਓ ਤਨ ਬੇਤਰ ਟਰਤ ਨਾ ਕਾਹੋਂ ਟਰੇ, ਲੱਖ ਯਤਨ ਕਰ ਨਹੀਂ ਜਾਏਗਾ। ਸੈਂਕੜੇ ਡਾਕਟਰਾਂ ਕੋਲ ਚਲਾ ਜਾ, ਵੈਦਾਂ ਕੋਲ ਚਲਾ ਜਾ, ਹਕੀਮਾਂ ਕੋਲ ਚਲਾ ਜਾ, ਇਸ ਰੋਗ ਵਿੱਚ ਜੀਣਾ ਪੈਗਾ। ਰੋਗ ਕਰਮ ਰੋਗ ਹੈ। ਕਰਮ ਰੋਗ ਕਿਵੇਂ ਪੈਦਾ ਹੋਇਆ? ਖਸਮ ਵਿਸਾਰ ਕੀਏ ਰਸ ਭੋ, ਤਾਂ ਤਨ ਉੱਠ ਖਲੋਏ ਰੋਗ। ਪਰਮਾਤਮਾ ਸੱਚ ਹੈ ਤੇ ਸੱਚ ਨੂੰ ਭੁਲਾਇਆ ਤੇ ਝੂਠ ਦੇ ਚ ਜਿਵਦਾ ਹੋਵੇਗਾ। ਪਰਮਾਤਮਾ ਮਹਾਨ ਇਮਾਨ ਹੈ ਤੇ ਉਸਨੂੰ ਭੁਲਾਇਆ ਹੋਵੇਗਾ ਤੋ ਬੇਈਮਾਨੀ ਚ ਜਿਵਦਾ ਹੋਵੇਗਾ। ਪਰਮਾਤਮਾ ਵਿਨਿਮਰਤਾ ਦੀ ਮੂਰਤੀ ਹੈ, ਉਹਨੂੰ ਭੁਲਾਇਆ ਤੋ ਫਿਰ ਅਹੰਕਾਰ ਦੇ ਚ ਜਿਵਦਾ ਹੋਵੇਗਾ, ਵਿਕਾਰ ਦੇ ਚ ਜਿਵਦਾ ਹੋਵੇਗਾ। ਪਰਮਾਤਮਾ ਸਰਬ ਗੁਣ ਸੰਪੂਰਨ ਹੈ ਤੇ ਕੋਈ ਸ਼ੀਲਵੰਤ ਨਹੀਂ ਦੁਰਾਚਾਰੀ ਹੈ। ਨਿਰੰਕਾਰ ਵਿੱਚ ਨਾ ਜੀ ਕੇ ਦੁਰਾਚਾਰ ਵਿੱਚ ਜਿਉਂਦਾ ਹੋਵੇਗਾ। ਇਸ ਤਰ੍ਹਾਂ ਦੇ ਸਾਰੇ ਔਗਣ ਇੱਕ ਦਿਨ ਸਰੀਰ ਵਿੱਚ ਅਸਾਧ ਰੋਗ ਪੈਦਾ ਕਰਦੇ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਅਸਾਧ ਰੋਗ ਉਪਜਿਓ ਤਨ ਵੇਤਰ ਟਰਤ ਨਾ ਕਾਹੋਂ ਟਰੇ। ਦਾਸ ਜਿਨ੍ਹਾਂ ਕੋਲ ਗੁਰਬਾਣੀ ਵਿਆਕਰਨ ਪੜਦਾ ਰਿਹਾ ਨਾ, ਉਹ ਥੋੜੀ ਜਿਹੀ ਹਿਕਮਤ ਦਾ ਕੰਮ ਵੀ ਕਰਦੇ ਸਨ, ਵੈਦ ਵੀ ਸਨ, ਕੁਝ ਜੜੀ ਬੂਟੀਆਂ ਦਾ ਵੀ ਗਿਆਨ ਸਨ। ਚੰਗੀ ਤਰ੍ਹਾਂ ਯਾਦ ਹੈ ਮੈਨੂੰ ਕਹਿੰਦੇ ਸਨ, ਕੁਝ ਸਿੱਖ ਲੈ ਤੂੰ ਵੀ। ਮੈਂ ਕਿਹਾ ਮੇਰਾ ਇਸੇ ਸ਼ੌਕ ਨਹੀਂ, ਗੁਰਬਾਣੀ ਵਿਆਕਰਨ ਪੜ੍ਹਨਾ। ਕਹਿਣ ਲੱਗੇ ਨਹੀਂ, ਆਪਣੇ ਵਾਸਤੇ ਕੋਈ ਹੋਰ ਮਜਬੂਰ ਆ ਜਾਂਦਾ ਹੈ। ਮੈਂ ਕਿਹਾ ਮੈਂ ਇਸੇ ਸਿਰ ਖਪਾਈ ਨਹੀਂ ਕਰਨਾ। ਉਹਦੇ ਸੰਖਿਆ ਵੀ ਮਿਲਾਉਣਾ ਪੈਂਦਾ ਸੀ, ਹੋਰ ਸੰਖਿਆ ਮਾਰਨਾ ਵੀ ਪੈਂਦਾ ਸੀ, ਰੱਤੀਆਂ ਮਾਰਨੀਆਂ ਪੈਂਦੀਆਂ, ਪਾਪ ਲੱਗੇ ਰਹਿੰਦੇ ਸਨ। ਮੈਂ ਕਿਹਾ ਇਹ ਝਮੇਲਾ ਮੇਰੇ ਕੋਲ ਨਹੀਂ ਆਉਂਦਾ, ਆਪਾਂ ਗੁਰਬਾਣੀ ਵਾਲੇ ਪਾਸੇ। ਹਕੀਮ ਸਨ, ਗੁਰਬਾਣੀ ਦੇ ਮਹਾਂਪੰਡਿਤ ਸਨ, ਪਰ ਵੈਦ ਵੀ ਸਨ, ਸ਼ੌਕ ਸੀ ਉਹਦਾ। ਪਰ ਮੈਂ ਦੇਖ ਕੇ ਹੈਰਾਨ ਹੋ ਜਾਂਦਾ ਸੀ, ਕਿਸੇ ਨੂੰ ਦਵਾਈ ਦਿੰਦੇ ਸਨ, ਕਿਸੇ ਨੂੰ ਬਿਲਕੁਲ ਨਾ ਕਰ ਦਿੰਦੇ ਸਨ, ਕੋਰਾ ਹੀ ਨਾ, ਚਾਹੇ ਉਹ ਤਰਲੇ ਵੀ ਲਵੇ ਨਹੀਂ ਦਿੰਦੇ ਸਨ, ਕਿਉਂਕਿ ਦਿੰਦੇ ਫ੍ਰੀ ਸਨ, ਪਰ ਕਿਸੇ ਨੂੰ ਬਿਲਕੁਲ ਨਾ ਕਰ ਦਿੰਦੇ ਸਨ। ਮੇਰੇ ਕੋਲ ਰਹੀ ਨਹੀਂ ਗੱਲ, ਕਹਿ ਦਿੱਤਾ ਮੈਂ। ਮੈਂ ਕਿਹਾ ਸਮਝ ਨਹੀਂ ਆਈ, ਤੁਸੀਂ ਕਿਉਂ ਵਿਤਕਰਾ ਰੱਖਦੇ ਹੋ? ਤੁਸੀਂ ਸੰਤ ਮਹਾਂਪੁਰਸ਼ ਭੇਦਭਾਵ ਰੱਖਦੇ ਹੋ, ਕਿਸੇ ਨੂੰ ਦਿੰਦੇ ਹੋ, ਕਿਸੇ ਨੂੰ ਨਹੀਂ ਦਿੰਦੇ। ਉਹ ਵੀ ਵਿਚਾਰਾ ਆਇਆ, ਕਹਿੰਦਾ ਮੈਂ ਉਸ ਨੂੰ ਦਿੰਦਾ ਜਿਹੜਾ ਆਹਾਰਕ ਰੋਗੀ ਹੈ, ਵਿਵਹਾਰਕ ਰੋਗੀ ਹੈ, ਕਰਮ ਰੋਗੀ ਨੂੰ ਨਹੀਂ ਦਿੰਦਾ। ਮੇਰੀ ਦਵਾਈ ਨਾਲ ਨਹੀਂ ਠੀਕ ਹੋਇਆ, ਨਹੀਂ ਠੀਕ, ਤੂੰ ਨਹੀਂ ਸਮਝਦਾ। ਮੈਂ ਕਿਹਾ ਸਮਝ ਤੁਹਾਨੂੰ ਆ ਜਾਂਦੀ ਹੈ, ਕਰਮ ਰੋਗੀ ਕਹਿਣਾ। ਹਾਂ, ਇਹ ਉਹਨਾਂ ਦੇ ਦੇਖਣ ਦਾ ਢੰਗ ਸੀ, ਉਹਨਾਂ ਦੀ ਸੋਚ ਸੀ, ਕੁਝ ਗਹਿਰੀ ਦ੍ਰਿਸ਼ ਸੀ। ਇਹ ਕਰਮ ਰੋਗ ਹੈ, ਨਹੀਂ ਠੀਕ ਹੋਏਗਾ, ਸੈਂਕੜੇ ਹਕੀਮਾਂ ਕੋਲ ਚਲਾ ਜਾਏ, ਸੈਂਕੜੇ ਡਾਕਟਰਾਂ ਕੋਲ ਚਲਾ ਜਾਏ। ਔਰ ਉਹਨਾਂ ਨੇ ਇਹ ਪੰਕਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੈਨੂੰ ਸੁਣਾਈ, ਗਾਲਵਨ ਗੌੜੀ ਰਾਗ ਦੇ ਚ ਹੈ। ਅਸਾਧ ਰੋਗ ਉਪਜਿਓ ਤਨ ਭੀਤਰ ਕਰਤ ਨਾ ਕਾਹੋਂ। ਐਸਾ ਅਸਾਧ ਰੋਗ ਪੈਦਾ ਹੋਇਆ, ਲੱਖ ਔਸ਼ਧੀਆਂ ਕਰ ਲੈ, ਲੱਖ ਵੈਦਾਂ ਕੋਲ ਚਲਾ ਜਾ, ਨਹੀਂ ਠੀਕ ਹੋਏਗਾ। ਫਿਰ ਮੈਂ ਆਪਣੀ ਜ਼ਿੰਦਗੀ 'ਚ ਦੇਖੇ ਨੇ, ਉਹ ਰੋਗੀ ਨਹੀਂ ਠੀਕ ਹੁੰਦਾ, ਲੱਖਾਂ ਜਹਾਂ 'ਤੇ ਟੱਕਰਾਂ ਮਾਰ ਦੇਣ, ਲੱਖਾਂ ਰੁਪਏ ਖਰਚ ਵੀ ਕਰ ਦੇਣ, ਨਹੀਂ ਠੀਕ ਹੁੰਦੇ। ਔਰ ਇਸ ਤਰ੍ਹਾਂ ਦੇ ਇੱਕ ਨਹੀਂ, ਬੇਸ਼ਤਰ ਮੇਰੇ ਸਾਹਮਣੇ ਬਹੁਤਿਆਂ ਨੂੰ ਮੈਂ ਦੇਖਿਆ, ਬਹੁਤੇ ਨਿਕਟਵਰਤੀ ਸਨ। ਅਸਾਧ ਰੋਗ ਉਪਜਿਓ ਤਨ ਬੇਤਰ ਟਰਤ ਨਾ ਕਾਹੋਂ ਟਰੇ। ਇਹ ਕਿਉਂ ਪੈਦਾ ਹੋ ਜਾਂਦਾ ਅਸਾਧ ਰੋਗ? ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ।
ਸੱਚ ਨੂੰ ਭੁਲਾਇਆ ਤਾਂ ਫਿਰ ਝੂਠ ਦੇ ਚ ਜਿਵਦਾ ਹੋਵੇਗਾ। ਗੁਣਾਂ ਦੇ ਸਾਗਰ ਨੂੰ ਭੁਲਾਇਆ ਤੇ ਔਗੁਣਾਂ ਦੇ ਚ ਜਿਵਦਾ ਹੋਵੇਗਾ। ਲੰਬੇ ਸਮੇਂ ਤੱਕ ਜਿਵਦਾ ਰਿਹਾ ਤਾਂ ਅਸਾਧ ਰੋਗ ਪੈਦਾ ਹੋ ਜਾਏ। ਇਹ ਵੀ ਮੈਂ ਅਰਜ਼ ਕਰ ਦੇਣਾ। ਐਵੇਂ ਨਹੀਂ ਕਹਿ ਦਿੱਤਾ ਗੁਰੂ ਅਰਜਨ ਦੇਵ ਜੀ ਨੇ 12 ਮਾਹ ਦੇ ਚ ਵੀ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ, ਬੇਸ਼ੁਮਾਰ ਰੋਗ ਪੈਦਾ ਹੋਣਗੇ, ਪਹਿਲੇ ਆਹਾਰਕ ਵਿਵਹਾਰਕ, ਫਿਰ ਕਿਸੇ ਦਿਨ ਕਰਮ ਰੋਗ ਪੈਦਾ ਹੋ ਜਾਵੇਗਾ ਜਿਸ ਦਾ ਕੋਈ ਇਲਾਜ ਨਹੀਂ, ਕਤਈ ਇਲਾਜ ਹੈ। ਉਸ ਦੇ ਚ ਜੀਵਣਾ ਪਏਗਾ। ਤਾਂ ਮੈਂ ਅਰਜ਼ ਕਰਾਂ, ਹਰ ਪਾਸੇ ਮਨੁੱਖ ਦੀ ਸੁੱਖ ਦੀ ਤਲਾਸ਼ ਹੈ, ਅਸਾਧ ਰੋਗ ਦੇ ਚ ਫਸ ਗਿਆ, ਫਿਰ ਬੰਦਾ ਕਹਿੰਦਾ ਦਿਲੋਂ ਮੌਤ ਹੀ ਆ ਜਾਏ। ਯਕੀਨ ਜਾਣੋ ਮੈਂ ਸੁਣਿਆ, ਮੈਨੂੰ ਤੇ ਇੱਕ ਨੇ ਕਿਹਾ ਗਿਆਨੀ ਜੀ ਅਰਦਾਸ ਕਰੋ ਦਿੱਲੀ ਵਿੱਚ। ਮੈਂ ਕੀ ਅਰਦਾਸ ਕਰੀਏ, ਮੌਤ ਆ ਜਾਏ, ਇਸ ਰੋਗ ਵਿੱਚ ਮੈਂ ਨਹੀਂ ਜੀਵਣਾ, ਸਾਰੀ ਜ਼ਿੰਦਗੀ ਮੈਂ ਇਸ ਰੋਗ ਵਿੱਚ ਨਹੀਂ ਜੀਵਣਾ। ਤਨ ਤੋਂ ਦੁੱਖ ਮਿਲ ਰਿਹਾ, ਪੀੜਾ ਮਿਲ ਰਹੀ ਹੈ ਰੋਜ਼ ਰੋਜ਼, ਮਨੁੱਖ ਇਸ ਤਨ ਨੂੰ ਵੀ ਤਿਆਗਣ ਦੀ ਸੋਚ ਲੈਂਦਾ, ਕਈ ਖੁਦਕਸ਼ੀ ਵੀ ਕਰ ਲੈਂਦੇ ਨੇ, ਆਤਮ ਹੱਤਿਆ ਵੀ ਕਰ ਲੈਂਦੇ ਨੇ, ਸੁਸਾਈਡ ਵੀ ਕਰ ਲੈਂਦੇ। ਹੁਣ ਹੈਰਾਨਗੀ, ਕੋਈ ਮਿੱਤਰ ਦਾ ਤਿਆਗੀ, ਕੋਈ ਪੁੱਤਰ ਦਾ ਤਿਆਗੀ, ਕੋਈ ਪਤਨੀ ਦਾ ਤਿਆਗੀ, ਕੋਈ ਪਤੀ ਦਾ ਤਿਆਗੀ, ਕੋਈ ਆਪਣੀ ਜ਼ਿੰਦਗੀ ਦਾ ਤਿਆਗੀ। ਦਰਅਸਲ ਇਹ ਦੁੱਖ ਦਾ ਤਿਆਗ ਹੈ। ਮੈਂ ਫਿਰ ਦੁਹਰਾਵਾਂ, ਮਨੁੱਖ ਨੂੰ ਮਿੱਤਰ ਨਹੀਂ ਚਾਹੀਦਾ, ਸੁੱਖ ਚਾਹੀਦਾ। ਮਨੁੱਖ ਨੂੰ ਵਿਰਾਹ ਨਹੀਂ ਚਾਹੀਦਾ, ਸੁੱਖ ਚਾਹੀਦਾ। ਮਨੁੱਖ ਨੂੰ ਪਤਨੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਮਨੁੱਖ ਨੂੰ ਪਤੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਮਨੁੱਖ ਨੂੰ ਇਹ ਜ਼ਿੰਦਗੀ ਵੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਪੀੜਾ ਮਿਲੇ, ਰੋਜ਼ ਰੋਜ਼ ਦੁੱਖ ਮਿਲੇ, ਯਕੀਨ ਜਾਣੋ ਤਿਆਗਦਿਆਂ ਦੇਰ ਨਹੀਂ ਲੱਗੇਗੀ, ਦੋਸਤੀ ਦੁਸ਼ਮਣੀ 'ਚ ਬਦਲ ਜਾਏਗੀ, ਰਿਸ਼ਤਿਆਂ 'ਚ ਦਰਾੜ ਪੈਦਾ ਹੋ ਜਾਏਗੀ। ਔਰ ਲਗਾਤਾਰ ਪੀੜਾ ਦੇ 'ਚ ਰਹਿ ਰਿਹਾ ਕਿ ਆਤਮ ਹੱਤਿਆ ਦੀ ਵੀ ਸੋਚੇਗਾ, ਭਾਵੇਂ ਨਾ ਕਰੇ, ਆਤਮ ਹੱਤਿਆ ਦੀ ਵੀ ਸੋਚੇਗਾ। ਸਾਰੀ ਦੁਨੀਆਂ 'ਚ ਲੋਕ ਖੁਦਕਸ਼ੀ ਕਰਦੇ ਨੇ, ਆਤਮ ਹੱਤਿਆ ਕਰਦੇ। ਸੁੱਖ ਦਾ ਮਾਰਗ ਕੀ ਹੈ, ਕਿੱਥੋਂ ਪ੍ਰਾਪਤ ਕਰੀਏ? ਕਿਉਂਕਿ ਜਿਸ ਜਿਸ ਦੇ 'ਚ ਅਸੀਂ ਸੁੱਖ ਦੀ ਕਲਪਨਾ ਕਰਦੇ ਹਾਂ, ਇੱਥੋਂ ਮਿਲੇਗਾ, ਉੱਥੋਂ ਮਿਲੇਗਾ, ਦੇਖਿਆ ਉਹ ਮਿਲ ਤੇ ਗਿਆ ਪਰ ਸੁੱਖ ਨਹੀਂ ਮਿਲਿਆ। ਜਿਸ ਦੀ ਔਲਾਦ ਨਹੀਂ, ਉਹ ਕਹਿੰਦਾ ਇੱਕ ਪੁੱਤਰ ਹੋ ਜਾਏ ਮੈਂ ਬੜਾ ਆਨੰਦਿਤ ਹੋਵਾਂਗਾ, ਪਰ ਜਿਨ੍ਹਾਂ ਦੇ ਚਾਰ ਚਾਰ ਨੇ ਉਹਨਾਂ ਨੂੰ ਆਨੰਦ ਨਹੀਂ, ਤੈਨੂੰ ਖਾਕ ਆਨੰਦ ਮਿਲਣਾ, ਕਿਹੜੇ ਚੱਕਰਾਂ 'ਚ ਪੈਣ ਖਿਆਲ ਹੈ ਉਸਦਾ। ਜਿੰਨੇ ਚਿਰ ਮਿਲਿਆ ਨਹੀਂ, ਉਨੇ ਚਿਰ ਤੱਕ ਸੁੱਖ ਦੀ ਕਲਪਨਾ ਜੁੜੀ ਹੋਈ ਹੈ, ਮਿਲ ਗਿਆ ਸੁੱਖ ਨੇ, ਬਲਕਿ ਕਈ ਦਫ਼ਾ ਦੁੱਖ ਮਿਲਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਸੁੱਖ ਕੇ ਹੇਠ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੇ ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਨੈ ਸੁਧ ਰਾਮ ਭਜਨ ਕੇ ਮਾਨਸ ਜਨਮ ਅਕਾਰਤ ਖੋਵਤ, ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਿਨਾਸੇ ਤਨ ਕੀ। ਕਿਹੜੇ ਚੱਕਰਾਂ 'ਚ ਪਿਆ, ਸੁੱਖ ਕਿਧਰੋਂ ਵੀ ਨਹੀਂ ਮਿਲੇਗਾ, ਤੇਰੀ ਲੋੜਾਂ ਦੀ ਪੂਰਤੀ ਹੋ ਸਕਦੀ। ਮਿੱਤਰ ਮਿਲ ਸਕਦਾ, ਤੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਹੈ। ਪਤਨੀ ਮਿਲ ਗਈ ਹੈ, ਪਤੀ ਮਿਲ ਗਿਆ, ਕੋਈ ਲੋੜਾਂ ਦੀ ਪੂਰਤੀ ਹੋ ਸਕਦੀ। ਪੁੱਤਰ ਮਿਲ ਗਿਆ, ਧਨ ਸੰਪਦਾ ਮਿਲ ਗਈ ਹੈ, ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਸੁੱਖ ਨਹੀਂ ਮਿਲ ਸਕਦਾ। ਨਹੀਂ ਤੇ ਹਰ ਪੁੱਤਰ ਵਾਲਾ ਸੁਖੀ ਹੋਵੇ, ਹਰ ਮਿੱਤਰਾਂ ਵਾਲਾ ਮਨੁੱਖ ਸੁਖੀ ਹੋਵੇ, ਹਰ ਪਤਨੀ ਵਾਲਾ ਜਾਂ ਹਰ ਪਤਨੀ ਪਤੀ ਵਾਲੀ ਸੁਖੀ ਹੋਣੀ ਚਾਹੀਦੀ ਹੈ। ਜਗਤ ਵਿੱਚ ਸੁੱਖ ਨਹੀਂ ਦਿਖਾਈ ਦਿੰਦਾ। ਜਿੰਨੇ ਚਿਰ ਤੱਕ ਸੁੱਖ, ਜਿੰਨੇ ਚਿਰ ਤੱਕ ਮਿਲਿਆ ਨਹੀਂ, ਜਿਹਦੀ ਮੰਗ ਕੀਤੀ ਜਾ ਰਹੀ ਹੈ, ਮਨੁੱਖ ਨੇ ਸੁੱਖ ਨਿਰੂਪਣ ਕੀਤਾ ਹੋਇਆ, ਮਿਲਦਿਆਂ ਹੀ ਸੁੱਖ ਨੇ, ਲੋੜਾਂ ਦੀ ਪੂਰਤੀ ਹੁੰਦੀ, ਫਿਰ ਸੁੱਖ ਕਿੱਥੋਂ ਮਿਲੇਗਾ? ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸਲੋਕ ਵਿੱਚ ਦੱਸਦੇ ਨੇ, ਬਚਨ ਸਾਧ ਸੁਖ ਬੰਤਾ ਲਹੰਤਾ ਬੜ ਕਰਮਨ।
गुरु दा वचन परम पुरुख दा वचन सुख दा मार्ग है, यही सुख दा रस्ता, ये वचन ही सुख नाल जोड़दा है, ये बोल ही सुख दी प्राप्ति करा देंदे ने। पर लहंता बड़ करमण है, जैसे गुरु अर्जन देव जी महाराज कहते हैं, दानंग परा पूर्वेण भुजंते मही पते, पूर्वला कीता होया दान, पूर्व तो मुराद है हुण तो पहले, कल भी पूर्व है, एक साल पहले भी पूर्व है, 10 साल पहले भी पूर्व है, एक जन्म पहले भी पूर्व है। बीजे हुए बीज फल तक अपने लिए समा ते पंत चाहते ना। दानंग परा पूर्वेण भुजंते मही पते, एक थोड़ी मेहनत करता है बहुत धन मिल जाता है, एक खून पसीना एक कर देता है ता भी इतना नहीं प्राप्त होता। कई कोट घाले थक पाए, कई कोट बैठत ही खाए, एक ने थोड़ी मेहनत की थी भाग बहुता लग गया, एक ने बथेरी टकरा मारिया ते कुछ भी नहीं इतना। पता है क्यों? गुरु अर्जन देव जी कहते ने दानंग परा पुरबैण, ਇਹ ਪੁਰਬਲਾ ਕੀਤਾ ਹੋਇਆ ਦਾਨ ਸੀ, ਧਨ ਦਾਨ ਕੀਤਾ ਸੀ, ਧਨ ਮਿਲ ਗਿਆ। ਪਰ ਜੇ ਪ੍ਰਭੂ ਦਾ ਨਾਮ ਜਪਿਆ ਤਾਂ ਫਿਰ ਸਭ ਕੁਛ ਮਿਲ ਜਾਂਦਾ। ਦਾਨੀ ਨੂੰ ਕੇਵਲ ਧਨ ਹੀ ਮਿਲੇਗਾ, ਬਹੁਤਾ ਧਨਾਢ ਹੋ ਗਿਆ ਸੋ ਥੋੜ੍ਹੀ ਮਿਹਨਤ ਕਰਦਾ ਬਹੁਤਾ ਕੁਝ ਮਿਲ ਜਾਂਦਾ, ਲੇਕਿਨ ਸੁੱਖ ਤੇ ਨਹੀਂ ਮਿਲੇਗਾ। ਲੋੜਾਂ ਦੀ ਪੂਰਤੀ ਹੋ ਜਾਏਗੀ ਜਰਾ ਢੰਗ ਨਾਲ ਹੋ ਜਾਏਗੀ। ਅਗਰ ਵਾਕਈ ਧਨ ਤੋਂ ਹੀ ਸੁੱਖ ਮਿਲਦਾ ਹੈ ਫਿਰ ਧਰਮ ਮੰਦਰਾਂ ਦੀ ਲੋੜ ਨਹੀਂ ਸੀ, ਇਬਾਦਤ ਦੀ ਲੋੜ ਨਹੀਂ ਸੀ, ਹਰ ਧਨਵਾਨ ਸੁਖੀ ਚਾਹੀਦਾ ਸੀ। ਪਰ ਧਨ ਵੀ ਮਿਲਦਾ ਹੈ ਦਾਨ ਕਰਨ ਨਾਲ, ਮਹਾ ਆਨੰਦ ਤੇ ਰਸ ਮਿਲਦਾ ਹੈ ਨਾਮ ਜਪਣ ਨਾਲ। ਬਚਨ ਸਾਧ ਸੁਖ ਪੰਥਾ ਲਹੰਤਾ ਬੜ ਕਰਮਣ ਹੈ, ਕੋਈ ਉੱਚੀ ਪ੍ਰਾਲਬਦ ਹੋਵੇ, ਕੋਈ ਪੁਰਬਲਾ ਬੀਜੇ ਹੋਇਆ ਬੀਜ ਹੋਵੇ, ਇਹਨਾਂ ਬਚਨਾਂ ਦੀ ਸ਼ਰਧਾ ਪੈਦਾ ਹੁੰਦੀ ਹੈ, ਬਚਨ ਸੁਣਨ ਨੂੰ ਮਿਲਦੇ। ਜ਼ਰੂਰ ਕੋਈ ਤੁਹਾਡੇ ਪੁਰਬਲੇ ਬੀਜੇ ਹੋਏ ਬੀਜ ਨੇ, ਤੁਸੀਂ ਸਤਸੰਗ ਦਾ ਪਿਆਸ ਰੱਖਦੇ ਹੋ, ਤੜਪ ਰੱਖਦੇ ਹੋ, ਇਹ ਪੁਰਬਲੇ ਬੀਜਾਂ ਤੋਂ ਬਿਨਾਂ ਨਹੀਂ ਹੁੰਦੀ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮਾ, ਕਹੋ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੂਰਵ ਲਿਖੇ ਕਾ ਲੈਣ। ਕੱਲ ਦਾ ਕੁਝ ਬੀਜਿਆ ਹੋਇਆ, ਕੁਝ ਥੋੜਾ ਬਹੁਤ ਕੀਤਾ, ਸਤਸੰਗ ਨਸੀਬ ਹੋਵੇ। ਬਚਨ ਸਾਧ ਸੁਖ ਪੰਥਾ ਲਹੰਤਾ ਵਡ ਕਰਮਣੇ, ਰਹੰਤਾ ਜਨਮ ਮਰਣੇ ਨਾਨਕ ਹਰ ਬਾਣੇ ਪਰਹਾਰਣ। ਉਹ ਜਨਮ ਮਰਨ ਤੋਂ ਰਹਿਤ ਹੋ ਜਾਏ, ਹਰੀ ਦੇ ਬਾਣ ਨਾਲ ਪ੍ਰਭੂ ਦੇ ਨਾਮ ਜਪਦਿਆਂ ਜਪਦਿਆਂ ਜਨਮ ਮਰਨ ਦੇ ਦੁੱਖ ਨੂੰ ਮਿਟਾ ਦੇਗਾ, ਨਾਸ ਕਰ ਦੇਗਾ। ਅਗਲਾ ਸਲੋਕ ਸਰਵਨ ਕਰ ਲਓ, ਕਿਉਂਕਿ 2-3 ਦਿਨ ਰਹਿੰਦੇ ਨੇ ਤਾਂ ਮੈਂ ਚਾਹੁੰਦਾ ਗਾਥਾ ਨਾਮਕ ਬਾਣੀ ਪੂਰੀ ਕਰਦਾ। ਇੱਕ ਇੱਕ ਸਲੋਕ ਬੜਾ ਕੀਮਤੀ ਹੈ, ਇੱਕ ਇੱਕ ਸਲੋਕ ਦੇ ਵਿੱਚ ਬੜੀ ਗਹਿਰੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ। ਅਗਲਾ ਸਰਵਨ ਕਰੋ ਹਾਂ ਜੀ। ਪੱਥਰ ਭੁਰਜੇਣ ਜੜੀਅੰ ਨੈ ਜੜੀਅੰ ਪੇੜ ਸੰਪਤਾ, ਨਾਮ ਬਿਹੋਨ ਬਿਖਮਤਾ ਨਾਨਕ ਬਹੰਤ ਜੋਨ ਬਾਸਰੋ ਰੈਣੀ। ਪਤਝੜ ਦੀ ਰੁੱਤ ਦੇ ਵਿੱਚ ਧੰਨ ਗੁਰੂ ਦੇਵ ਜੀ ਮਹਾਰਾਜ ਉਦਾਹਰਣ ਦਿੰਦੇ ਨੇ, ਪਤਝੜ ਦੀ ਰੁੱਤ ਜਦ ਦਰਖਤਾਂ ਦੇ ਪੱਤੇ ਜੜਦੇ ਨੇ ਉਹਨੂੰ ਮੌਸਮੇ ਖਿਜ਼ਾਂ ਵੀ ਕਹਿੰਦੇ। ਭਾਰਤ ਦੇਸ਼ 'ਤੇ ਹਰ 2 ਮਹੀਨਿਆਂ ਬਾਅਦ ਰੁੱਤ ਬਦਲਦੀ ਹੈ, 6 ਰੁੱਤਾਂ ਆਉਂਦੀਆਂ ਨੇ, ਉਹਨਾਂ ਵਿੱਚ ਇੱਕ ਰੁੱਤ ਪਤਝੜ ਦੀ, ਮੌਸਮੇ ਖਿਜ਼ਾਂ। ਦਰਖਤਾਂ ਦੇ ਸਾਰੇ ਪੱਤੇ ਜੜਦੇ ਨੇ, ਉਦਾਹਰਣ ਦੇ ਰਹੇ ਨੇ ਮੇਰੇ ਪਾਤਸ਼ਾਹ, ਪੱਤਰ ਭੁਰਜੇਣ ਜਦ ਪਤਝੜ ਦੀ ਰੁੱਤ ਆਉਂਦੀ ਹੈ ਅਤੇ ਦਰਖਤਾਂ ਤੋਂ ਪੱਤੇ ਝੜਦੇ ਨੇ, ਪੱਤਰ ਭੁਰਜੇਣ ਝੜੀਆਂ ਨਹਿ ਜੜੀਆਂ ਫਿਰ ਨਹੀਂ ਜੁੜਦੇ। ਲੱਖ ਵੀ ਕੋਸ਼ਿਸ਼ ਕਰੀਏ ਉਸ ਪੱਤੇ ਨੂੰ ਜੋੜਨ ਦੀ,
नहीं जुड़ता। एक छोटी कथा भी मैनु याद आई। महात्मा बुद्ध दे समय एक बड़ा परबल कातल होया है, उहदा नाम उंगली माल पै गया सी। पता है क्यों? उन्हें कहा सी, जिन्ने चिर तक हजार उंगलियां दी माला मैं गल विच नहीं पाने, मैं चैन नाल नहीं बैठा। पहले सन्यासी सी, एक धार्मिक विद्यालय च पढ़दा सी, पर किसी ने झूठा इल्जाम ला दिता। उस झूठे इल्जाम करके आश्रम चो कढ दिता गया। आश्रम दे मुखी ने भी उसनु सजा दिती। बदले दी भावना पैदा, बेकसूर, इतना हिरदा चोट खा गया, मनुखां दा दुश्मन हो गया कि संसार विच कोई मनुख अपना नहीं। ते कसम खा ली, किधरे हैगा ब्राह्मण से, कसम खा ली, मैं गले विच एक हजार उंगलियां दी माला पानी, उहदा नाम उंगली माल पै गया। हुण किन्ने बंदे मारेगा हत्थां दीआं उंगलियां। मशहूर हो गया सी। जिधर ओ रहिंदा सी, पहाड़ दी एक तलहटी दे च लोगां ने लंघना छड़ दिता सी। मैं संक्षेप विच अर्ज कर रहा, अज वक्त दा एक महान संत महात्मा बुद्ध उथों लंघिया। एवें नहीं, गुरु नानक ने भरमण कीता, भरमण करदे कौड़ा राक्षस मरदाना रोकदा रहा। महाराज लोकी कहने ने दे राक्षस रहिंदा, फिर भी गए। इस तरह के पुरश रोगियां नू लभदे, रोगी कोल ही ते जाना हुंदा। जद कोई कहने भौतिकवाद दा युग है इतना, और इतनी मसरूफियत है, और इतना भौतिकवाद है, अज दे समय च इस नाम की की लोड़ है? कौन दसे? बीमार नूं ते दवाई की लोड़ है, आखिर बीमार नूं ते औषधि की लोड़ है। महात्मा बुद्ध नूं पिंड वासियां ने रोकया, उस पासे ना जाओ। उस सामने पहाड़ की तलहटी च महान कातल रहिंदा है, दर्जना बंदे मार चुके हैं, गले विच माला पाई हुई है उंगलियां दी, तुहानू भी मार देगा। वड्डियां उंगलियां भी कट के गले च माला पाएगा। नहीं रोके महात्मा बुद्ध, कल्ले सन, चलते गए, चलते गए। सामने बैठा दिखाई दिता पत्थर ते, सर्दियां दे दिन सन, धुप पिया सेक। वो अंदर सोचण लग पिया, उंगली माल इस विचारे साधु नूं पता नहीं। हुण साधु दा लिबास सी, महात्मा बुद्ध दे पीले कपड़े सन। संत नूं पता नहीं, ते संतां दा खास करके वैरी हो गया सी, क्योंकि आश्रम चों कढ़िया गया सी, ते आश्रम दे सारे विद्यार्थी भगवा बेस पहन के पढ़दे सन। इल्जाम झूठा लग्या, पैड़े इल्जाम करके आश्रम चों कढ़ दिता गया, बदले दी भावना। हुण संत दे बाणे च पुरश आ रहा है, तप गया। परछा कोल सी, परछा चुक लिया। लेकिन फिर भी मैं अर्ज करा, आभा आउंदी इस तरह दे पुरुष दी, महात्मा बुद्धि आभा रोकदा है उसनु, तू होर ना नेड़े मेरे, मेरा ना नहीं सुनिया। महात्मा बुद्ध कहंदे ने सुनिया, फिर वापस चला जा। नहीं, वापस मुड़ना सी नहीं सीखे। मेरे गले च माला देखदा है उंगलियां दी, हां दिखाई देंदी, रुक जा। अज तक किसने किसे नूं इस तरह आखिया नहीं सी, रुक जा। लभदा सी शिकार, बंदा लभे। हुण बंदा सामने आया तो उन्हों वापस करदा है, रोकदा है उहदी आभा, महात्मा बुद्ध दी आभा। सिर्फ 10 कदमां दा फासला रह गया। उंगली माल कहिंदा, मैं फैसला कर लिया, मैं थोड़ी गर्दन उड़ा देनी है, नहीं छोड़ना, हुण नहीं छोड़ना।
ਉਹਨੂੰ ਮੈਂ ਕਹਿ ਬੈਠਾ ਵਾਪਸ ਚਲੇ ਜਾਓ, ਰੁਕ ਜਾਓ, ਤੁਸੀਂ ਨਹੀਂ ਮੰਨਿਆ, ਪਰ ਹੁਣ ਮੈਂ ਨਹੀਂ ਛੋੜਾਂਗਾ। ਮਹਾਤਮਾ ਬੁੱਧ ਕਹਿੰਦੇ ਠੀਕ ਹੈ, ਤੂੰ ਮੇਰੀ ਗਰਦਨ ਉਡਾ ਦੇ, ਤੇ ਮਰਦੇ ਹੋਏ ਬੰਦੇ ਦਾ ਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਕੰਮ ਕਰ ਦਿੰਦਾ, ਇੱਕ ਛੋਟਾ ਜਿਹਾ ਮੇਰਾ ਕੰਮ ਕਰ ਦੇ ਕਿ ਇਹ ਸਾਹਮਣੇ ਦਰਖਤ ਤੋਂ ਇੱਕ ਪੱਤਾ ਤੋੜ ਲਿਆ, ਐਨ ਝੱਟ ਤੋੜ ਦਿੱਤਾ, ਆਖੇ ਦੇ ਮੈਂ ਦੇ ਦਿੱਤਾ। ਵਰਛਾ ਚੁੱਕਣ ਲੱਗਾ ਮਾਰਨ ਲਈ, ਮਹਾਤਮਾ ਬੁੱਧ ਕਹਿੰਦੇ ਨੇ ਅਜੇ ਤੋਂ ਅਧੂਰਾ ਕੰਮ ਕੀਤਾ, ਪੂਰਾ ਕਰ। ਕੀ ਪੂਰਾ ਕਰਾਂ, ਤੁਸੀਂ ਕਿਹਾ ਪੱਤਾ ਤੋੜ, ਮੈਂ ਤੋੜਿਆ, ਇਹ ਅਧੂਰਾ ਕੰਮ ਹੈ, ਹੁਣ ਤੂੰ ਇਸਨੂੰ ਜੋੜ ਦੇ, ਫਿਰ ਮੇਰੀ ਗਰਦਨ ਉਡਾ ਦੇ, ਇਹ ਪੱਤਾ ਜੋੜ ਦੇ। ਹੋਸ਼ ਟਿਕਾਣੇ ਆ ਗਏ, ਮੈਂ ਨਹੀਂ ਜੋੜ ਸਕਦਾ, ਫਿਰ ਤੋੜ ਤੇ ਬੱਚਾ ਵੀ ਸਕਦਾ, ਕੋਈ ਵੀ ਤੋੜ ਸਕਦਾ, ਕਲਾ ਤੇ ਇਹ ਕੋਈ ਜੋੜ ਨਾ ਸਿੱਖੇ, ਤੋੜ ਤੇ ਕੋਈ ਵੀ ਸਕਦਾ, ਇਹ ਕੋਈ ਅਕਲਮੰਦੀ ਨਹੀਂ, ਪੱਤਾ ਕੋਈ ਵੀ ਤੋੜ ਸਕਦਾ। ਇਲਮ ਤੇ ਇਹ ਹੈ, ਸਿਆਣਪ ਤੇ ਇਹ ਹੈ, ਮਹਾਨਤਾ ਤੇ ਇਹ ਹੈ, ਕੋਈ ਜੋੜ ਦੇਵੇ। ਵਰਛਾ ਇੱਥੋਂ ਗਿਰ ਗਿਆ, ਮੈਂ ਨਹੀਂ ਜੋੜ ਸਕਦਾ, ਨਹੀਂ ਜੋੜ ਸਕਦਾ ਤਾਂ ਫਿਰ ਤੋੜ ਵੀ ਨਾ, ਤੋੜ ਵੀ ਨਾ, ਕਦਮਾਂ ਤੇ ਗਿਰ ਗਿਆ। ਇਹ ਉਂਗਲੀ ਮਾਲ ਸੰਤ ਬਣਿਆ ਸੀ, ਪਹਿਲੇ ਦਿਨ ਜਦ ਭਿਕਸ਼ਾ ਮੰਗਣ ਗਿਆ ਕਿਸੇ ਨੇ ਨਹੀਂ ਦਿੱਤੀ, ਪੱਥਰ ਹੀ ਮਾਰੇ ਲੋਕਾਂ ਨੇ, ਖੂਬ ਕੁੱਟਿਆ, ਲੇਕਿਨ ਸਭ ਕੁਛ ਸਹਾਰ ਗਿਆ, ਸਭ ਕੁਛ ਸਹਾਰ ਗਿਆ, ਹੁਣ ਮੈਂ ਤੋੜਨਾ ਨਹੀਂ, ਤੋੜਨਾ ਨਹੀਂ। ਇਹਨੂੰ ਇਰਾਨੀ ਸੂਫੀ ਸੰਤ ਮੌਲਾਨਾ ਰੂਮ ਕਹਿੰਦੇ ਨੇ, ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ, ਤੂੰ ਇਸ ਦੁਨੀਆਂ ਵਿੱਚ ਲੋਕਾਂ ਦੇ ਦਿਲ ਜੋੜਨ ਵਾਸਤੇ ਆਇਆ, ਤੋੜਨ ਵਾਸਤੇ ਨਹੀਂ। ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ, ਨਾ ਤੋੜਿਆ ਕਰ। ਹੁਣ ਮੈਂ ਅਰਜ਼ ਕਰਾਂ, ਲੋਕਾਂ ਦੇ ਦਿਲ ਜੋੜਦਿਆਂ ਜੋੜਦਿਆਂ ਜੁੜਦਿਆਂ ਜੁੜਦਿਆਂ ਮਨੁੱਖ ਇੱਕ ਦਿਨ ਪਰਮਾਤਮਾ ਨਾਲ ਜੁੜ ਜਾਂਦਾ, ਜੋੜਨ ਵਾਲੇ ਨੂੰ ਯੋਗੀ ਕਹਿੰਦੇ, ਤੋੜਨ ਵਾਲੇ ਨੂੰ ਹੀ ਭੋਗੀ ਕਹਿੰਦੇ ਨੇ। ਇਹ ਤੇ ਭੋਗੀ ਹੈ, ਇਹ ਤੇ ਭਾਗ ਭਾਗ ਕਰਦਾ, ਇਹ ਤੇ ਤਕਸੀਮ ਕਰਦਾ, ਇਹ ਤੇ ਟੁਕੜੇ ਟੁਕੜੇ ਕਰਦਾ। ਪ੍ਰਕਿਰਤੀ ਆਪਣਾ ਇੱਕ ਨਿਯਮ ਰੱਖਦੀ ਹੈ, ਦਰਖਤਾਂ ਨੂੰ ਨਵੇਂ ਪੱਤੇ ਦੇਣ ਵਾਸਤੇ ਪੁਰਾਣੇ ਪੱਤੇ ਝੜ ਜਾਂਦੇ, ਜੈਸੇ ਸੱਪ ਦੀ ਕੁੰਚਰ ਨਵੀਂ ਆਉਂਦੀ ਹੈ ਤੇ ਪੁਰਾਣੀ ਖਲੜੀ ਚੜ ਜਾਂਦੀ ਹੈ। ਸਾਡੇ ਕੱਪੜੇ ਮੈਲੇ ਹੋ ਜਾਂਦੇ ਨੇ ਤੇ ਅਸੀਂ ਬਦਲਦੇ ਹਾਂ ਨਾ, ਹੁਣ ਵਿਚਾਰੇ ਦਰਖਤ ਆਪਣੇ ਕੱਪੜੇ ਕਿਵੇਂ ਬਦਲਣ, ਪੱਤੇ ਉਹਨਾਂ ਦੇ ਕੱਪੜੇ ਨੇ, ਪਰਮਾਤਮਾ ਬਦਲਣਾ, ਈਸ਼ਵਰ ਬਦਲਣਾ। ਸੱਪ ਆਪਣੀ ਕੁੰਚ ਕਿਵੇਂ ਬਦਲੇ, ਪ੍ਰਕਿਰਤੀ ਬਦਲਦੀ, ਇਹ ਵੀ ਮੈਂ ਅਰਜ਼ ਕਰਦਾ। ਪ੍ਰਕਿਰਤੀ ਨੇ ਆਪਣੇ ਢੰਗ ਬਣਾਏ ਨੇ, ਆਪਣੇ ਨਿਯਮ ਬਣਾਏ ਨੇ। ਸਤਿਗੁਰ ਇੱਥੇ ਇੱਕ ਬੜਾ ਸੋਹਣਾ ਉਦਾਹਰਣ ਦੇ ਰਹੇ ਨੇ ਸਮਝਾਉਣ ਵਾਸਤੇ, ਪੱਤਰ ਭੁਰਜੈਣ ਜੜੀਆਂ ਨਹੀਂ ਜੜੀਆਂ, ਪਤਝੜ ਦੀ ਰੁੱਤ ਦੇ ਚ ਜਿਹੜਾ ਪੱਤਾ ਦਰਖਤ ਨਾਲੋਂ ਝੜ ਜਾਂਦਾ ਹੈ, ਨਹੀਂ ਜੁੜਦਾ, ਨਹੀਂ ਜੁੜਦਾ। ਪੇੜ ਸੰਪਦਾ, ਪੇੜ ਦੀ ਸੰਪਦਾ ਨਾਲ, ਪੇੜ ਦੀਆਂ ਡਾਲਾਂ ਨਾਲ, ਸ਼ਾਖਾਂ ਨਾਲ, ਫਿਰ ਨਹੀਂ ਜੁੜਦਾ। ਇੱਥੇ ਹੁਣ ਸਤਿਗੁਰ ਕਹਿਣਾ ਕੀ ਚਾਹੁੰਦੇ ਨੇ, ਇਹ ਤੇ ਪ੍ਰਮਾਣ ਹੈ ਨਾ, ਇਹ ਤੇ ਦਲੀਲ ਹੈ। ਦਲੀਲ ਕਿਸ ਪ੍ਰਥਾਈ ਦਿੱਤੀ ਗਈ ਹੈ, ਇਹ ਉਦਾਹਰਣ ਕਿਸ ਪ੍ਰਥਾਈ ਦਿੱਤਾ ਗਿਆ ਹੈ, ਦੂਜੀ ਪੰਕਤੀ ਹੈ। ਪੱਤਰ ਭੁਰਜੈਣ ਝੜੀਅੰਗ ਨੇ ਜੜੀਅੰਗ, ਪੇੜ ਸੰਪਤਾ ਨਾਮ ਬਿਹੋਨ ਬਿਖਮਤਾ ਨਾਨਕ, ਬਹੰਤ ਜੋਨ ਬਾਸਰੋ ਰੈਣੀ। ਜਿਵੇਂ ਟੁੱਟ ਕੇ ਪੱਤਾ ਇਹਨੂੰ ਪਵਨ ਦੂਰ ਦੂਰ ਉਡਾ ਕੇ ਲੈ ਜਾਂਦੀ, ਰੇਜ਼ਾ ਰੇਜ਼ਾ ਕਰ ਦਿੰਦੀ ਹੈ, ਟੁਕੜੇ ਟੁਕੜੇ ਕਰ ਦਿੰਦੀ ਹੈ। ਇਸ ਤਰ੍ਹਾਂ ਜਿਹੜਾ ਮਨੁੱਖ ਸਤਸੰਗ ਤੋਂ ਟੁੱਟਿਆ ਹੈ, ਪ੍ਰਭੂ ਦੇ ਨਾਮ ਤੋਂ ਟੁੱਟਿਆ ਹੈ, ਗੁਰੂ ਦੇ ਸ਼ਬਦ ਤੋਂ ਟੁੱਟਿਆ,
ਵਾਸ਼ਨਾ ਦੀ ਪਵਨ ਉਸਨੂੰ ਪਤਾ ਨਹੀਂ ਕਿਤਨੇ ਜਨਮਾਂ ਵਿੱਚ ਭਟਕਾਉਂਦੀ ਹੈ, ਧੱਕੇ ਦੇਂਦੀ ਹੈ, ਖੁਆਰ ਕਰਦੀ, ਰੇਜ਼ਾ ਰੇਜ਼ਾ ਕਰ